بسم الله الرحمن الرحيم. بسم الله الرحمن الرحيم. السلام عليكم. तुसी वेख रहे हो माशाल्लाह काफ़ी अच्छी जड़े न धनी नसल दे दांद असड़ पिछ नज़र आ रहे हैं। ज़िले चकवाल दे विच माशाल्लाह काफ़ी लोग दांद रखे हुए हैं, शौक भी उद्दे बहुत ज़्यादा, लेकिन ज़िले चकवाल दे नाल ही ज़िला कुशाब उस दी अगर गल की वजे उत्थे भी माशाल्लाह शौक कम नहीं, उत्थे भी काफ़ी लोग बहु जड़ा ना लोगों का शौक है, काफ़ी लोग उत्थे भी दांद रखे हुए हैं। असी पहुँच गए जी पहल दे विच, पहल दे विच हाजी सादक साहब उन्होंने कोल उन्होंने डेरे ते असी पहुँच गए। उन्होंने अज जितने दान हैं वह भी तुसां तां कहने आ, उन्होंने जिहड़ी गलबात करनी वह भी तुसां सारा जिहड़ा ना वीडियो दे विच ही तां कहने आ। जी चाचा जी अस्सलाम वालेकुम जी। वालेकुम सलाम चाचा जी। कितने दान तुहाडे डेरे ते कितने दान ने? माशाल्लाह चार हैं जी। चार दांद ने, इन्हें दी कोई ना रखे हुए ने? नहीं ना असा कोई रखे, ये चिंजी वाल दा एक वड्डा दांद जिहड़ा डब्बे चिंजा उस ते लाया जी। उहदे उहदे कैमरा फेर ते ये इस दा पुत्तर है। अच्छा वो वड्डा दांद है? ये वड्डा दांद है, ये चिंजी वाले डब्बे दांद दा पुत्तर है। अच्छा चिंजी वाले डब्बे दांद दा जी हां, गां साडे घर दी जड़ साडे को अगे वड्डा दांद रहा ना जी जी शबाज खुशाब। अच्छा उस दा बच्चा है, उस दी गां आई ते उस ते दांद है। अच्छा डब्बे दांद दा ਇਹ ਇਸ ਦਾ ਪੁੱਤਰ ਹੈ ਦੂਆ ਜਿਹੜਾ ਕਾਲਾ। ਇਹ ਕਿਤਨਾ ਟਾਈਮ ਹੋ ਗਿਆ ਤੁਸੀਂ ਦਾੰਦ ਰੱਖੇ ਹੋਏ? ਤਕਰੀਬਨ ਘੱਟ ਤੋਂ ਘੱਟ 20 ਸਾਲ ਪੰਜੀ ਹੋ ਗਏ। ਅੱਛਾ 25 ਸਾਲ ਹੋ ਗਏ ਜੀ। ਮਾਸ਼ਾਅੱਲਾ ਕਾਫੀ ਪੁਰਾਣਾ ਸ਼ੌਂਕ ਹੈ ਜੀ। ਆ ਮੈਂ ਕੋ ਸਾਰੇ ਘਰੇ ਦੇ ਯਾਰ, ਮੈਂ ਮੁੱਲ ਤੇ ਕੋਈ ਨਹੀਂ ਕਿਤੇ, ਸਾਰੇ ਆਪਣੇ ਘਰੇ ਦੇ। ਅੱਛਾ ਆਪਣੇ ਘਰੋਂ ਹੀ ਤਿਆਰ ਕੀਤੇ ਨੇ? ਆਪਣੇ ਘਰੋਂ ਹੀ ਤਿਆਰ ਕੀਤੇ ਨੇ। ਤਕਰੀਬਨ ਕੋਈ ਇੱਕ ਜੋੜਾ ਛੋੜਾ ਮੁੱਲ ਦਾ ਕਿਹੜਾ ਕਿਤੇ ਨਹੀਂ, ਬਕਾਇਆ ਸਾਰੇ ਘਰੇ ਦੇ ਤੇ ਕਾਫੀ ਦਾਨ ਜਿਹੜੇ ਘਰ ਬਣੇ। ਵੇਚ ਵੀ ਆ ਨੇ ਤੁਸੀਂ ਕੋਈ ਦਾਨ ਵੇਚਾ? ਆਪ ਅਸਾਂ ਅਸਾਂ ਦਾਨ ਵੇਚਾ ਬੋਣਾ ਚ ਇਜਾਜ਼ਤ ਦਿੱਤੇ ਹੈ। ਅੱਛਾ ਬੋਣਾ ਚ ਵੇਚ ਜੀ ਆ ਤੇ ਬਹੁ ਚੰਗਾ ਦਾਨ ਦੇ ਉਹ ਵੀ। ਅੱਛਾ ਉਹ ਵੀ ਚੰਗਾ ਬਹੁ ਮਾਸ਼ਾਅੱਲਾ ਬਹੁ ਚੰਗਾ, ਲੇਕਿਨ ਉਹਨਾਂ ਦੇ ਕੋਲ ਵਾਇਆ ਨਹੀਂ ਗਿਆ। ਅੱਛਾ ਉਹਨਾਂ ਕੋ ਬਿਲਕੁਲ ਜੀ ਆ, ਉਹਨਾਂ ਦੇ ਕੋ ਘਰ ਮਸਲਾ ਬਣ ਗਿਆ ਵਾ, ਉਹਨਾਂ ਦੇ ਕੋਲ ਨਹੀਂ ਵਾਇਆ ਗਿਆ ਤੇ ਬਕਾਇਆ ਦਾਨ ਜਿਹੜਾ ਵੱਡਾ ਸਾਡੇ ਕੋ ਮੈਂ 13 ਸਾਲ ਵਾਹ ਕੇ 13ਵੇਂ ਸਾਲ ਕੁਰਬਾਨੀ ਦਿੱਤਾ। ਉਸ ਦਾ ਬਿਲਕੁਲ ਇੱਕ ਬੜਾ ਨਾਂ ਹੈ ਤੁਹਾਡੇ ਦਾਨੇ ਦਾ ਤੇ ਉਸ ਦੇ ਬਾਰੇ ਚ ਸਾਂ ਕੋਈ ਦੱਸੋ ਨਾ। ਉਹ ਚਾਵਲੀ ਦਾਨ ਦਾ ਪੁੱਤਰ ਹੈ। ਅੱਛਾ ਚਾਵਲੀ ਦਾਨ ਤੇ ਗਾਂ ਜਾਬਲ ਦਾਨ ਦੀ ਹੈ। ਅੱਛਾ ਤੇ ਤਕਰੀਬਨ ਉਹ ਮੈਂ 10 ਸਾਲ ਵਾਇਆ। ਕਿਤਨੇ ਦੂਰ ਦੂਰ ਉਹ ਸਾਂ ਤੋਂ ਸਖੜਾ? ਬੜੇ ਦੂਰ ਦੂਰ ਪੂਰੇ, ਮਤਲਬ ਜਿਹੜਾ ਇਹ ਦੰਦ ਏਰੀਆ ਨਾ ਜਾਂ ਜਿੱਥੇ ਜਲਸੇ ਬਣਦੇ ਨੇ ਉੱਥੋਂ ਬੱਚਾ ਕੋ ਨਹੀਂ ਸਾਰੀ ਨਾਈ ਵਾ ਇੱਥੇ ਹੋਵੇ। ਨਹੀਂ ਕੋਈ ਇਹ ਜਿਹਾ ਸਾਂ ਜਲਸਾ ਦਾ ਸੋਨਾ ਜਿਸ ਵਿੱਚ ਉਸ ਦੰਦ ਇਤਨਾ ਨਾ ਕੱਢ ਹੋਵੇ ਬਾ, ਇੱਥੇ ਜਿਹੜੇ ਤੁਹਾਡੇ ਡੇਰੇ 'ਤੇ ਆਵਾਮ ਆਈ ਹੋਵੇ ਇਤਨੀ ਬਾ। ਸਾਡਾ ਜਿਸ ਦਾਨ ਵਗਦਾ ਰਿਹਾ ਨਾ ਜੀ, ਤਕਰੀਬਨ ਕੋਈ ਜਲਸਾ ਇਹ ਅਜੇ ਨਹੀਂ ਜਿਹੜਾ ਉਹ ਨਹੀਂ ਵਗਿਆ। ਅੱਛਾ ਲੇਕਿਨ ਪਹਿਲੇ ਦਿਹਾੜੇ ਅਸਾਂ ਚੀਜ਼ੀ ਵਾਇਆ ਤੇ ਉਸ ਦਿਹਾੜੇ ਹੀ ਉਹ ਮਤਲਬ ਇਹੀ ਕਰਕੇ ਵਗਿਆ ਵਾ, ਉਹਦੇ ਨਾਲੇ ਦਾ ਕੋਈ ਨਾ ਉਸ ਆਪਣਾ ਨਾਂ ਯਾਨੀ ਪਹਿਲੇ ਦਿਹਾੜੇ ਉਸਨੇ ਆਪਣਾ ਨਾਂ ਕੀਤਾ ਵਾਤ ਸਵਾਇਆ ਮਲਕ ਅਖਤਰ ਦੇ। ਤੁਹਾਡਾ ਨਾਂ ਯਾਨੀ ਉਸ ਦਾਨ ਦੇ ਰੋਸ਼ਨ ਕੀਤਾ? ਜੀ ਹਾਂ ਵਤ ਵਾਇਆ ਖਬੇ ਕੀ ਮਲਕ ਅਖਤਰ ਦੇ। ਅੱਛਾ ਉਸ ਤੋਂ ਹਟ ਕੇ ਤੇ ਵਤ ਮੈਂ ਗਰੁੱਪ 'ਚ ਆ ਗਿਆ ਮਲਕ ਸ਼ਬੀਰ ਵਾਲੇ 'ਚ। ਅੱਛਾ ਤਕਰੀਬਨ ਜਿੰਨੇ ਜਲਸੇ ਤੁਹਾਡਾ ਗਰੁੱਪ ਮਲਕ ਸ਼ਬੀਰ ਮਲਕ ਸ਼ਬੀਰ ਗਰੁੱਪ ਤਲਗਾਂ। ਅੱਛਾ ਤਕਰੀਬਨ 20 ਤੋਂ 25 ਸਾਲ ਹੋ ਗਏ ਮੈਂ ਉਸ ਗਰੁੱਪ ਦੇ ਵਿੱਚ ਹੀ। ਅੱਛਾ ਅੱਛਾ ਇੱਕ ਜਲਸਾ ਮੈਂ ਖਬੇ ਕੀ ਵਾਇਆ, ਉਸ ਤੋਂ ਇਲਾਵਾ ਵੱਧ ਹੋਰ ਜਲਸੇ ਮੈਂ ਜਿੰਨੇ ਵੀ ਹਨ ਇਸੇ ਗਰੁੱਪ 'ਚ ਹੀ ਵਾਇਆ। ਅੱਛਾ ਇਸੇ ਗਰੁੱਪ 'ਚ ਨਾਟੇ ਵਾਇਆ, ਮਤਲਬ ਹੋਰ ਚਕਵਾਲ ਬੋਣਾ ਜਿੱਥੇ ਵੀ ਜਲਸੇ ਚੰਗੇ ਬਣੇ ਉਹਦੇ ਵਿੱਚ ਉਹ ਨਾ ਵਰਦ ਆਉਂਦੇ ਆ। ਅੱਗੋਂ ਉਸ ਦਾ ਪੁੱਤਰ ਵੀ ਮੈਂ ਕੋਲ ਵੱਧ ਚੰਗਾ ਹੋਇਆ ਵੱਤ ਤਾਲਿਬਾਨ ਦਾਨ ਉਸੇ ਦਾਨ ਦਾ ਮੈਣ ਦਾ ਪੁੱਤਰ ਹੈ। ਅੱਛਾ ਉਹ ਵੀ ਇਸੇ ਨਸਲਾਂ ਚੋਂ? ਇਸੇ ਨਸਲਾਂ ਚੋਂ ਮੈਣ ਦਾਨ ਦਾ ਪੁੱਤਰ ਹੈ ਬਿਲਕੁਲ। ਉਸ ਤੋਂ ਬੜਾ ਇੱਕ ਨਾਂ ਅੱਗੋਂ ਤੁਹਾਡੀ ਬਲੀਵਾਰ ਜਿਹੜਾ ਬੋਣਾ ਹੀ ਦਾਨ ਦਾ ਹੈ ਅਮਜਦਰ ਕੋ ਉਹ ਵੀ ਮੈਲ ਦਾਨ ਦਾ ਪੁੱਤਰ ਹੈ। ਅੱਛਾ ਅੱਛਾ ਸਮਝਾਈ ਨੇ ਉਹ ਅਕਵਾਲਾਂ ਚ ਅਕਵਾਲਾਂ ਚੋਂ ਵੇਖ ਕੇ ਬਾਅਦ ਬੋਣਾ ਹੀ ਗਿਆ। ਅੱਛਾ ਜਿਹੜੀ ਇਸ ਦਾਨ ਦੇ ਵਿੱਚੋਂ ਨਸਲ ਜਿੰਨੀ ਵੀ ਆਈ ਨਾ ਤਕਰੀਬਨ ਇੱਕ ਵੀ ਨਾਕਾਮ ਨਹੀਂ ਹੋਇਆ ਅਤੇ ਇਹ ਵੀ ਨਸਲ ਉਸੇ ਨਾ ਦਾਨੇ ਦੀ ਨਸਲ ਵਿੱਚੋਂ ਹੀ ਲੱਗਿਆ ਉਹਨਾਂ ਨੇ ਸਾਰੇ, ਮਤਲਬ ਇਹ ਤਬਦੀਲ ਹੋਇਆ ਇੱਕ ਡੱਬੇ ਦਾਨੇ ਤੋਂ ਵੱਡਾ ਦਾਨ ਜਿਹੜਾ ਅਤੇ ਇਹ ਵੱਡੇ ਦਾਨੇ ਦਾ ਦੋਤਰਾ ਇਸ ਦਾ ਜਿਹੜਾ ਮੈਂ ਕੋਲ ਚੰਗਾ ਦਾਨ ਚੰਗਾ ਦਾਨ ਉਸ ਦਾ ਹਾਂ ਮਾਂ ਇਸ ਉਹਦੀ ਆਈ ਅਤੇ ਦਾਨ ਇਸ ਦਾ ਵੇ। ਅੱਛਾ 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 ਅਤੇ ਬਕਾਇਆ ਉਸ ਦਾਨ ਦੀ ਤਾਂ ਗੱਲ ਹੀ ਕਹਿ ਕਹਿਣੇ ਨਕਸ਼ਪਾਜ਼ ਖੁਸ਼ਹਾਲ ਦੇ ਨਾਲ ਕਰ ਉਹ ਤੁਸੀਂ ਤੇ ਉਸੇ ਜੀ ਕੁਰਬਾਨੀ ਲਾਇਆ ਉਸੇ ਹੀ ਤਾਂ ਸਾਡਾ ਨਾਂ ਰੋਸ਼ਨ ਮਤਲਬ
पहल पहल उसे कराई। केड़े साने तुस लाए कुर्बानी? असा मेरे ख्याल 2012 लाए। अच्छा 2012 जी। हाँ ते कुर्बानी भी माशाल्लाह अल्लाह हुक्म ना जितने भी होए अपने घरे दी एक साल असी कुर्बानी भी लेने। अच्छा अच्छा माशाल्लाह बड़ी गल है जी। ते पिछे हुण मैं तां एक बच्ची मुल्क दा अली कोलो चामले चामले दा बंदा उस कोलो। अच्छा अच्छा 7 लाख दा वो भी पिछले साल असा कुर्बानी लाया। ते माशाल्लाह अल्लाह दी मेहरबानी बा ये जिस टाइम दा मैं शौक कीता मैंने घर एक ने एक चंगा खुदा दिता ही है। समझ आई नहीं? इधर आ जाओ जी चाचा जी। ते उस तो बाद डंगर भी तकरीबन जेड़े मेरे को अपने जाती मालिक इस दा कोई ना रखा मैंने दांदे दा। नहीं नहीं ये डब्बे चीनी वाले दा पुत्र है। अच्छा डब्बे चीनी है उन शबाज खुशाब ही सदे ने। अच्छा हां असा और ना खुशाब असा और दान मतलब तकरीबन दांदा दे नाम नहीं रखे। अच्छा 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 उन बंदा रखा आ जेड़ा चंगा हो आपे रखा गिंदा। हां बिल्कुल समझ आई नहीं? इस दे वांगी केड़ा ने तुहाडा? ए दा वागी साडा पहले रब निवाज रिया सरे वाला। अच्छा वत उस तो बाद हुण गुलाम अली वेंदा पिया ओ पिछे जेड़ा कराए कराईए डॉक्टर अमीर सुल्तान। डॉक्टर अमीर सुल्तान जी हां। ते तकरीबन मैं नाल जोड़ा पहले दांदे नाल टिकरिया नवाब थोया लदा। अच्छा अच्छा ते मां जेड़ा शौक लाया ना शौक ए चाहे मुरीद पदराड़ तो मुरीद पदराड़ बिल्कुल जी हां भी माशाल्लाह दांद जी हां उना दे को दांद भी चंगे है उसले जाबे वाला दांद ना कहते है ना। ते वत उना दे नाल तुसी कितों वेंदे हो या बस ही तकरीबन 24 घंटे दे नाल टुर रवी है जी हां ओतो ही तो सिटा ते साडा शौक भी जी आसे तो ही ज्यादा बणया। अच्छा 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 ते बचपन तो शौक है तकरीबन मां तकरीबन 18 साल दी उम्र तो माशाल्लाह तुस पहल दा एक जेड़ा ना बड़ा इस शोबे च यानी उंज अगर पहला बंदे नहीं भी जानदे है ना जी हां इस शोबे दे विच जितने जलसे वाले माशाल्लाह अल्लाह दी मेहरबानी दांद दी वजह तो इंज मशहूर होया भाई जी जी बिल्कुल पहल बड़ा जिला खुशाब भाई भाई भी कोगरा ओही तो साडे वत एमपीए एमएनए भी पदराड़ दे हैं लेकिन दांद दी वजह सकाफत तो एक चाहे मुरीद जी जी बिल्कुल ते पिछे वत जोड़ा साडे कोल जेड़ा ए चंगा रिया इससे भी ना अल्लाह तक ना चंगा रिया जी जी बिल्कुल ते बकाया शौक है जितने ताई जुणा ते ताई रखने भी हैं। नहीं नहीं बड़ी गल समझ आई नहीं? तो साडे तो इलावा भी किसे शौक है शौक बच्चे हैं घर बाबा तो पिछे ना दी मर्जी होई तो रखे सर नहीं तो ना रखे सर मैं उन्हें कुछ जुर्माना तो पाक होनी पैना। नहीं नहीं साडा तो जाती मतलब जेड़ा कारोबार है वो हो रहे जी जी हां बिल्कुल मतलब असी बिल्कुल होर कारोबार माशाल्लाह सब एक है ते जिम्मेदारा भी डाडा चंगा साडे को अल्लाह दी मेहरबानी बहु मतलब लोका तो वादे लेकिन ये बाबा तू ये तो शौक दे तो और अपने काम हुंदा ने ए जेड़े पिछे दांदे उस तो इलावा भी उस दे इत कोई याने बच्चा इस जी हां ए जी एक तालिबान दा खला अंदर। अच्छा तालिबान दा जी ए जेड़ा ए केड़े दा ए उस बग्गे दाने दा अली वाले दा अली जेड़ा कुर्बानी लाया। अच्छा ए उस दा जी हां बकाया दो दान साडे इकट्ठे खले ने। अच्छा इकट्ठे ने दो जी हां अपने डेरे ते अपने डेरे ते ओ तो तनु सारे ते की जाई रांदे नहीं ने। अच्छा 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 हां बिल्कुल हुंदा बिल्कुल ते बकाया वा तो अल्लाह खैर करे वा ते शौक ना ही सारे काम नहीं तुसी के समझदे हो इस वक्त कहने ते ज्यादा वेला जिन्ना बंदे भी दान रखे वे यार वा तो चंगे दान जिन्ना चंगे दान और जिस पैसे चौके भरन गल तो से दी हुंदी। हां बिल्कुल समझ आई नहीं? हुण पैसे जिस चौके भरन मोड़े पैसे वाली दी गल अगली गल ते आ कोरी नूं बा चंगा केड़ा ते माड़ा केड़ा। हां बिल्कुल हुण बंदे पैसे बाहर छोड़न ते आदर बाप बड़ा नाम निकल गया सी हुण बंदे को पैसे ने बेताशे उसले गिनन ओके दे चाई बुरी तरह कहते जी जी उसले बिल्कुल ओले ओके ए जेड़े पिछे चाची जी दान दे जी ए केड़ी नस्ल च होवे ए तलबाने दा पुत्र है मैंने घरे दी नस्ल है गां भी घरे दी ते दान भी करे दा। अच्छा अच्छा जी हां ए सामी कितों तुस खड़ा जलसे च ए जैसा कड्डा कोई नहीं। अच्छा अजे हुण वत नवे सरोसा हुण 45 देसा कोई उम्र इस दी कितनी अंदाजा तकरीबन 3.5 साल दो सी। अच्छा जी हां ते जेड़े अगे दान दा सवेखे ने उना कितने जलसा च खड़े ने ओ तकरीबन जेड़ा निक्का दान दे ओ तो एक दो जलसा च खड़ा। अच्छा एक दाड़े सेठी खड़े मन खरे जी जी बिल्कुल जी हां सेठी ते बकाया एक दाड़े होर पतनी किथे वा बस ता पदराड़ बस पदराड़ 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 भी वा ओ दो जलसे वा ते ए अजे कड्डे कोई नहीं ते वड्डे दाने दा जेड़ा तुस तकाया उस दे कोई ए जे जलसा चंगा जेड़ा रे होवे जलसा होण ते लगांग चंगा वथा। अच्छा अच्छा बकाया तले 9 तारीख जड़ होया जी हां। अच्छा अच्छा तले मैं के चंगा वथा। अच्छा मैं के जलसा या था तकरीबन ये पहले उठते ना जलसा से बहुत चंगा पाया। अच्छा उसले मैं दांदे से तो वेचे पे घरे तो चंगा हो गया तो चलो वे छोड़ो। हां बिल्कुल वते सा कोई बीमारी खोल जाए तो वो उस तो पीछे वा थोड़े दांत मठा बन गए ते वत हुण सेट होया तकरीबन साल एक होया।
ਹੁਣ ਜਿਹੜਾ ਜਲਸਾ ਬੰਦਾ ਚੰਗਾ ਹੀ ਬੰਦਾ ਪਿਆ। ਅੱਛਾ ਅੱਛਾ, ਤੁਸੀਂ ਕੀ ਸਮਝਦੇ ਹੋ ਸ਼ੌਂਕ ਕੈਸਾ? ਸ਼ੌਂਕ ਬੜਾ ਮਾਕਾ ਸ਼ੌਕ ਜਿਹੜਾ ਨੀ ਜੀ, ਸ਼ੌਕ ਸ਼ੌਕ ਬੇਤਾਸ਼ਾ ਮਾਕਾ, ਲੇਕਿਨ ਜਿਹਨਾਂ ਇਹ ਸ਼ੌਕ ਉਹਨਾਂ ਕਰਨਾ ਸਮਝਾਈ ਨੇ। ਹਾਂ ਬਿਲਕੁਲ, ਹਰ ਗਰੀਬ ਬੰਦੇ ਵਾਸਤੇ ਰੋਗ ਨਹੀਂ ਰਿਹਾ, ਹੁਣ ਅਮੀਰ ਬੰਦੇ ਦਾ ਸ਼ੌਕ ਰਹਿ ਗਿਆ, ਅੱਗੇ ਗਰੀਬਾਂ ਬੰਦਾ ਸ਼ੌਕ ਰਿਹਾ, ਹੁਣ ਅਮੀਰਾਂ ਦਾ ਸ਼ੌਕ ਰਹਿ ਗਿਆ, ਹੁਣ ਅਮੀਰਾਂ ਦਾ ਰਹਿ ਗਿਆ, ਸਮਝਾਈ ਨੇ। ਇਸ ਵਾਸਤੇ ਅੱਗੇ ਹਰ ਗਰੀਬ ਆਦਮੀ ਜਿਹੜਾ ਉਹ ਦਾਨ ਪਾਲ ਕਹਿੰਦੇ ਆ, ਰੱਖ ਕਹਿੰਦੇ ਆ, ਵਾਹ ਕਹਿੰਦੇ ਆ। ਹੁਣ ਗਰੀਬ ਆਦਮੀ ਤਾਂ ਨਾ ਵਾਹ ਸਕਦਾ ਅਤੇ ਨਾ ਰੱਖ ਸਕਦਾ, ਨਾ ਬੱਚੀ ਗਿਣ ਸਕਦਾ, ਨਾ ਚੰਗਾ ਗਿਣ ਸਕਦਾ ਸਿਰਿਆਂ ਦਾ। ਅਤੇ ਇਸ ਵਾਸਤੇ ਗਰੀਬਾਂ ਦਾ ਸ਼ੌਕ ਤਾਂ ਗਿਆ ਮੌਕੇ, ਸ਼ੌਕ ਬਣ ਗਿਆ ਅਮੀਰਾਂ ਦਾ। ਜਿੱਦਾਂ ਬੰਦਾ ਕੋਈ ਚੌਖੇ ਰੁਪਏ ਉਹੀ ਰੱਖ ਸਕਦੇ, ਰਖਾ ਵੀ ਸਕਦੇ, ਮਤਲਬ ਮਜ਼ਦੂਰ ਰੱਖ ਕੇ ਦੇ, ਨੌਕਰ ਰੱਖ ਕੇ ਦੇ, ਉਹਦੇ ਨਾਲ ਸਿਸਟਮ ਚਲਾ ਕੇ ਦਾ ਬਕਾਇਆ ਜਿਹਨ ਅੱਗੇ ਘਰ ਵੱਛੇ ਵਾੜੇ ਪਲੈਂਦੇ। ਅਜੇ ਸਾਡੀ ਅੱਲ੍ਹਾ ਦੀ ਮਿਹਰਬਾਨੀ, ਬਾ ਘਰੇ ਦੇ ਬੱਚੇ ਹਨ ਇੱਥੇ, ਮਤਲਬ ਕੋਈ ਦਾਨ ਪੰਜਾਬ ਰੁਪਏ ਅਤੇ ਸਿਸਟਮ ਸਾਡਾ ਠੀਕ ਹੈ ਜੀ ਫਿਲਹਾਲ, ਅੱਲ੍ਹਾ ਦੀ ਮਿਹਰਬਾਨੀ। ਬਕਾਇਆ ਨਹੀਂ ਤਾਂ ਇੱਕ ਅੱਧਾ ਜਿਹੜਾ ਬਜਾਉਣਾ ਰੱਖਾਉਣਾ, ਇਹ ਮੁਲਾਜ਼ਮ ਤੋਂ ਬਗੈਰ ਤਾਂ ਨਹੀਂ ਰਹਿੰਦੇ। ਇਹ ਕਿਸੇ ਜਲਸੇ 'ਤੇ ਵੀ ਜਿਸ ਲਈ ਤੁਸੀਂ ਇਹ ਨਾ ਖੜਿੰਦੇ ਹੋ, ਕਿੰਨੇ ਬੰਦੇ ਨਾਲ ਆਉਂਦੇ ਨੇ? ਕਮ ਅਜ਼ ਕਮ 50-60-100 ਇਹ ਤਾਂ ਆਮ ਰੂਟੀਨ ਆਉਂਦੇ ਨੇ। ਇਹ ਤਾਂ ਯਾਨੀ ਸਾਰੇ ਨਾਲ ਹੁਣ ਜਿਹੜੇ ਇਹਨਾਂ ਕਾਬੂ ਕਰਦੇ ਨੇ ਉਹ ਕਿਤੇ ਕਾਬੂ ਕਰਦੇ ਤਾਂ 6 ਬੰਦੇ ਆਉਂਦੇ ਨੇ ਟੋਟਲ। ਅੱਛਾ ਜੀ, ਆ ਜਿਹੜੇ ਉੱਥੇ ਬਾਣੇ ਲਾਉਂਦੇ ਨੇ, ਇੱਥੇ ਤਾਂ ਘਰੋਂ ਤੇ ਹਿੱਲੇ ਆਉਂਦੇ ਨੇ, ਘਰੋਂ ਤੋਂ ਗੜੀਆਂ 'ਚ ਇਹਨੇ ਹਿੱਲ ਪੈਂਦੇ ਜੀ, ਹਿੱਲ ਪੈਂਦੇ। ਇਹ ਡੰਗਰ ਆਉਂਦੇ ਨੇ ਸਿਆਣੇ, ਸਮਝਦਾਰ ਡੰਗਰ ਆਉਂਦੇ ਨੇ। ਜਿਹੜੇ ਇੱਕ ਦੋ ਜਲਸੇ ਬਾਹਰ ਆਉਣ ਵਿੱਚ ਸਮਝ ਪੈਂਦੇ ਨੇ, ਬਸ ਹੁਣ ਜਲਸੇ 'ਤੇ ਬਹਿਣਾ। ਇਹ ਪਹਿਲੇ ਤਿਆਰੀ ਆਪਣੀ ਕਰ ਗਈ ਨੇ। ਅੱਛਾ ਅੱਛਾ ਅੱਛਾ, ਸਮਝਾਈ ਨੇ। ਵੱਧ ਤੋਂ ਅੱਗੋਂ ਜਿਹੜੇ ਆਲੀਆਂ ਵਾਗੀਆਂ ਕਿ ਨਪੀਆਂ ਨੇ, ਤਾਂ ਉਹ ਇੱਕ ਰੱਸੀ ਵਾਲਾ ਹੋ ਗਿਆ, ਇੱਕ ਮੁੱਢ ਨੱਪੜਿਆ ਵਾਲਾ ਹੋ ਗਿਆ, ਇੱਕ ਵਿਚਕਾਰ ਹੋ ਗਿਆ, ਇੱਕ ਕਰਾਈ ਹੋ ਗਿਆ, ਬਲਕਿ ਦੋ ਬੰਦੇ ਪਿੱਛੇ ਕਿਰਾਇਆ ਚੜ ਗਏ। ਹੁਣ ਤਾਂ ਜ਼ਮਾਨਾ 2-3 ਬੰਦਿਆਂ ਦਾ। ਹਾਂ ਬਿਲਕੁਲ। ਅਤੇ ਅੱਗੇ ਇੱਕ ਅੱਧ ਬੰਦਾ ਵੀ ਵਾਇਆ ਅਤੇ ਸ਼ੁਗਲ ਹੁੰਦੇ ਆ, ਮਤਲਬ ਬੰਦੇ ਬੰਦਾਂ ਪੈਂਦੇ। ਹੁਣ ਜਿਹਦੇ ਜਿਸ ਵੇਲੇ ਕਿਸੇ ਦੇ 4 ਕਦਮ ਬਣ ਵਜਣ ਨਾ, ਅਤੇ ਬੰਦੇ ਆਹਦੇ ਨੂੰ 45 ਕਾਰਡ ਛੋੜੋ। ਬਿਲਕੁਲ। ਅੱਗੇ ਬੰਦੇ ਪੁਰਾਣੇ ਜਿਹੜੇ ਉਹ 3-3 ਫੇਰੇ ਪੈਂਦੇ, 2-2-3-3 ਫੇਰੇ ਪੈਂਦੇ, ਅਤੇ ਉਸ ਨਾਲ ਸ਼ੌਕ ਥੋੜ੍ਹਾ ਜਿਹਾ ਬੰਦਿਆਂ ਦਾ ਹੋਰ ਮੁਹੱਬਤ ਵੱਧਦੀ ਹੈ। ਅਤੇ ਹੁਣ ਜਿਸ ਵਿੱਚ ਕੋਈ 4 ਕਦਮ ਹਲਾ ਵਜੇ, ਅਤੇ ਉਸ ਵੇਲੇ ਆਹਦੇ ਨੂੰ 45 ਕਾਰਡ ਛੋੜ ਜਾਈਏ, ਸਾਡਾ ਬੜਾ ਵੱਗ ਗਿਆ। ਹਾਂ ਬਿਲਕੁਲ, ਸਮਝਾਈ ਨਹੀਂ। ਅਤੇ ਇਸ ਵਾਸਤੇ ਇਹ ਹਰ ਬੰਦਾ ਪ੍ਰੋਗਰਾਮ ਜਿਹੜਾ ਹਰ ਬੰਦੀ ਸੋਚ ਨਹੀਂ ਹੁੰਦੀ। ਹੁਣ ਸ਼ੌਕੀਨਾ ਜੇ ਰੱਖਿਆ ਵਾ ਕਿਸੇ ਵਾਸਤੇ ਅਤੇ ਵਿਖਾਉਣੇ ਵਾਸਤੇ, ਅਤੇ ਇਹਦਾ ਇਹ ਮਕਸਦ ਨਹੀਂ ਵਾ ਪੂਰਾ ਫੇਰਾ ਵੀ ਨਾ ਮਾਰੇ ਤਾਂ ਬੰਦਾ ਘਰ ਵਜਾ ਕੇ ਕਿਨਾਣੇ। ਨਹੀਂ ਨਹੀਂ, ਇਹ ਤਾਂ ਬਿਲਕੁਲ ਗੱਲ ਹੈ। ਮਤਲਬ ਹਜ਼ਾਰਾਂ ਕਰੋੜਾਂ ਦਾ ਬੰਦੇ ਆਉਂਦੇ ਨੇ ਪੇੜੇ ਵਿੱਚ, ਛੋਟੇ ਜਲਸਾ ਤਾਂ ਚਲੋ ਥੋੜ੍ਹੇ ਬੰਦੇ ਹੁੰਦੇ, ਜਿਹੜੇ ਵੱਡੇ ਪੇੜ ਹੁੰਦੇ ਉਹਨਾਂ 'ਚ ਬੰਦੇ ਕਾਫੀ ਹੁੰਦੇ ਅਤੇ ਉਹ ਵਤ ਖਾਲੀ ਇੰਨੇ ਮੁੜ ਵਜੇ ਤਾਂ ਫਾਇਦਾ ਕੋਈ ਨਹੀਂ ਹੁੰਦਾ। ਅਤੇ ਬਕਾਇਆ ਜਿਹੜੀ ਇਹ ਨਸਲ ਹੈ ਨਾ ਸਾਡੇ ਕੋਲ ਜੀ ਜੀ, ਮੈਂ ਤਾਂ ਸਮਝਣਾ ਬਸ ਦੁਨੀਆਂ 'ਤੇ ਇਹ ਜੀ ਨਸਲ ਕੋਈ ਨਹੀਂ। ਅੱਛਾ ਬਿਲਕੁਲ, ਇਹ ਮੈਂ ਵਾਅਦੇ ਨਾਲ ਦੱਸ ਸਕਦਾ। ਇਹ ਮਤਲਬ ਜਿਹੜਾ ਪਿੱਛੋਂ ਗੁਲ ਵਾਲਾ ਦਾ ਅਤੇ ਗੁਲਾਲੀ ਦਾ ਖੂਨ ਆ ਨਾ, ਇਹ ਇੱਥੇ ਇੱਕ ਮਹਿਣ ਘਰ ਹੀ ਬਣਿਆ। ਅੱਛਾ ਅੱਛਾ। ਹੁਣ ਜਿਹੜਾ ਉਹ ਇਸ਼ਤਿਆਕ ਫੌਤ ਹੋ ਗਿਆ ਨਾ, ਉਹਦੇ ਘਰ ਜਿਹੜਾ ਦਾਂਦ ਆ ਨਾ, ਉਦੋਂ ਕਬੂਤਰ ਕਾਲਾ ਕਬੂਤਰ ਕਾਲਾ ਕਬੂਤਰ ਉਹ ਵੀ ਮਹਿਲ ਦਾਂਦ ਦਾ ਪੋਤ ਰਿਹਾ। ਅੱਛਾ ਅੱਛਾ ਅੱਛਾ। ਪਿੱਛੇ ਜਿਹੜਾ ਲੱਕਾ ਕਬੂਤਰ ਬਗਟਾਲਾ ਖੱਲਾ, ਉਹ ਵੀ ਮਹਿਲ ਦਾਂਦ ਕਿੱਥੋਂ ਖਰਦ ਇੱਥੇ ਕਿਲੇ 'ਤੇ ਜੰਮ ਕੇ ਗਿਆ। ਅੱਛਾ, ਇੱਥੋਂ ਹੀ ਸਮਝਾਈ ਨੇ। ਤਕਰੀਬਨ ਅੱਲ੍ਹਾ ਦੀ ਮਿਹਰਬਾਨੀ, ਬਸ ਨਸਲ 'ਚੋਂ ਜਿੰਨੇ ਵੀ ਹੋਏ ਨਾ ਸਾਰੇ ਚੰਗੇ ਹੀ ਬਣੇ, ਮਾੜਾ ਕੋਈ ਵੀ ਨਹੀਂ ਬਣ ਵਾਲਾ ਕਿ ਬਾਜ ਨੇ ਸਾ ਭਰਤ ਕਰ ਛੋੜੀ। ਅੱਛਾ ਅੱਛਾ। ਹਾਂ, ਮਿਹਨਤ ਤਾਂ ਥੋੜ੍ਹੀ ਜਿਹੀ ਹੁੰਦੀ ਹੈ, ਦਾਂਦ ਕਰਨੀ ਪਾਉਂਦੀ। ਗਾਈਂ ਚੰਗੀਆਂ ਹੋਣ ਤਾਂ ਰੱਖੀ ਤਾਂ ਹੀ ਮਤਲਬ ਨਿਜ਼ਾਮ ਤਾਂ ਬਣਦਾ ਨਾ, ਅਤੇ ਦਾਂਦ ਚੰਗੇ ਤਾਂ ਹੀ ਹੁਣ ਆਖੀ ਬਾ ਇੱਕ ਮੁਲਤਾਨੋ ਗਿਣਾਣੀ ਹੈ ਅਤੇ ਉਹਦਾ ਆ ਕੇ ਪਿੱਛੇ ਤਾਂ ਪਤਾ ਹੀ ਕੌਣ ਹੋਵੇ। ਬਿਲਕੁਲ, ਉਹ ਤਾਂ ਕੰਮ ਉਹਨਾਂ ਦੀ ਮਰਜ਼ੀ ਦੀ ਗੱਲ ਹੁੰਦੀ। ਰੂਟੀਨ ਇਹਨਾਂ ਕਿਤਨਾ ਦੁੱਧ ਜਾਂ ਕੋਈ ਘਿਓ ਕਿਤਨਾ ਪਾਉਣਾ ਪਾਉਂਦਾ ਅੰਦਾਜ਼ਾ? ਆਪਣੀ ਗੁੰਜਾਇਸ਼ ਹੋਵੇ। ਅੱਛਾ, ਇਹ ਕੋ ਨਹੀਂ ਬਾ ਜੀ ਆ ਨਹੀਂ ਇਹ ਪਾ 5 ਸਿਰ ਪਾਉਣਾ ਤਾਂ 10 ਰੇ ਤਾਂ ਗੁੰਜਾਇਸ਼ ਨਾ ਪਾਉਣਾ ਨਾ। ਹੁਣ ਕਈ ਬੰਦੇ 2 ਟਾਈਮ ਪਾ ਗਏ ਨੇ, ਕਈ ਟਾਈਮ ਇੱਕ ਪੰਜ ਦਿਨ ਇੱਕ ਟਾਈਮ ਪਾ ਗਏ ਨੇ, ਕਈ ਅਨਾਜ ਨਾ ਮਤਲਬ ਮੋਟਾ ਕਰ ਗਏ ਨੇ, ਇਹ ਤਾਂ ਹਰ ਬੰਦੀ ਪਹੁੰਚ ਦੀ ਗੱਲ ਹੁੰਦੀ। ਅਤੇ ਅਸਾਂ ਆਪ ਜਿਹੜੀ ਅਸਾਂ ਦਾਨਾ ਵਾਸਤੇ ਡਾਚੀ ਰੱਖੀ ਹੋਈ। ਅੱਛਾ, ਡਾਚੀ ਰੱਖੀ, ਸਮਝ ਆਈ ਨਹੀਂ? ਅੱਛਾ ਅੱਛਾ। ਅਤੇ ਮੈਂ ਕਿਹਦਾ ਤਕਰੀਬਨ 2 ਸਾਲ ਹੋ ਗਏ। ਅੱਛਾ, ਡਾਚੀ ਦਾ ਦੁੱਧ ਜਿਹੜਾ ਇਹਨਾਂ ਵਾਸਤੇ ਬਹੁਤ ਹੁਸ਼ਿਆਰ ਅਤੇ ਅੱਛਾ ਦੁੱਧ ਹੈ। ਅੱਛਾ, ਨਿਰੋਆ ਦੁੱਧ ਹੈ, ਸਮਝ ਆਈ ਨਹੀਂ? ਅਤੇ ਇਸ ਵਾਸਤੇ ਹੁੱਦਿਆ ਹੋ ਜਾ। ਅੱਛਾ, ਅਤੇ ਇਸ ਵਾਸਤੇ ਇਹ ਜਿਹੜਾ ਨਿਜ਼ਾਮ ਹੈ ਨਾ ਜੀ, ਇਹ ਤੁਹਾਡਾ ਸਾਹਿਬ ਸ਼ੌਕ ਹੋ ਔਖਾ ਗਿਆ ਜੀ ਜੀ। ਹਰ ਗਰੀਬ ਬੰਦੇ ਵਾਸਤੇ ਰੋਗ ਨਹੀਂ, ਇਹ ਜਦੋਂ ਤਾਈਂ ਘਰ ਦੀ ਕਮਾਈ ਵੱਲ ਕੁਰਾੜੀ ਨਾ ਹੋਵੇ ਤਾਂ ਦਾਨ ਨਹੀਂ ਰਹਿੰਦੇ। ਅੱਛਾ ਅੱਛਾ, ਸਮਝ ਆਈ ਨਹੀਂ? ਚਲੋ ਜੀ, ਬਹੁਤ ਮਿਹਰਬਾਨੀ, ਬੜਾ ਮਜ਼ਾ ਆਇਆ ਮਾਸ਼ਾਅੱਲਾ ਤੁਹਾਡਾ ਡੇਰਾ ਵੇਖਾ। ਆਖਰ 'ਤੇ ਕਿਸੇ ਕੋਈ ਜਿਹੜੇ ਯੰਗ ਜਾਕਤ ਹਨ ਉਹਨਾਂ ਕੋਈ ਪੈਗਾਮ ਦੇਣਾ ਚਾਹੋ? ਅੱਲਾ ਪਾਕ ਇਹਨਾਂ ਦੀ ਜ਼ਿੰਦਗੀ ਕਰੇ, ਬੱਚੇ ਜਿਹੜੇ ਵੇਖਦੇ ਨੇ ਤਾਂ ਖੁਸ਼ ਹੁੰਦੇ ਨੇ ਜੀ ਜੀ। ਅਤੇ ਅੱਛਾ ਸ਼ੌਕ ਹੈ, ਮਤਲਬ ਇਹ ਸਕਾਫਤੀ
ਤੇ ਇਸ ਤੋਂ ਹੋਰ ਤਾਂ ਚੰਗਾ ਸ਼ੌਕ ਕੋਈ ਕੁੱਤੇ ਵਾਲਾ ਸ਼ੌਕ ਉਹ ਵੀ ਕੱਪੜੇ ਪਰੀਤ ਕਰਨੇ ਦੇ ਨਾ ਨਮਾਜ਼ ਜੋ ਕਰੇ ਇਹ ਗੋਹਾ ਲੱਗ ਵਜੇ ਤਾਂ ਵੀ ਨਮਾਜ਼ ਪੜ੍ਹ ਕੇ ਨਹੀਂ ਦੀ ਜੀ ਜੀ ਬਿਲਕੁਲ ਸਮਝ ਆਈ ਨਹੀਂ ਹਲਾਲ ਸ਼ੌਕ ਹੈ ਜੀ ਹਲਾਲ ਮਤਲਬ ਮੈਂ ਆਪ ਪਹਿਲੇ ਵੀ ਕੁੱਤੇ ਵਾਲਾ ਸ਼ੌਕ ਕੀਤਾ ਉਹ ਸਾਰ ਲੇਕਿਨ ਉਹ ਸਵਾਦ ਨਹੀਂ ਆਇਆ ਤੇ ਇਸ ਦੇ ਵਿੱਚ ਇਹ ਬਾਤ ਇੱਜ਼ਤ ਵੀ ਹੈ ਦੂਜੀ ਗੱਲ ਜਿਸ ਵੇਲੇ ਕੱਪੜਾ ਤਿਕੜਾ ਕੋਈ ਖਾਸ ਗੋਹਾ ਲੱਗ ਵੀ ਵਜੇ ਮੂਤਰ ਲੱਗ ਵਜੇ ਤਾਂ ਨਮਾਜ਼ ਤਾਂ ਹੋ ਸਕਦੀ ਅਤੇ ਉਹ ਜਿਹੜਾ ਕੰਮ ਹੈ ਉਸਦਾ ਤਾਂ ਨਮਾਜ਼ ਜੀ ਜੀ ਬਿਲਕੁਲ ਇਹ ਕੀ ਵਜ੍ਹਾ ਸਾਡੇ ਜਿਹੜੇ ਕਲਰਕਾਰ ਤੋਂ ਗਿਣ ਕੇ ਪਹਿਲ ਤੋੜੀ ਇੱਥੇ ਸ਼ੌਂਕ ਬਹੁ ਘੱਟ ਹੈ ਇਹ ਪਹਿਲੇ ਤਾਂ ਬੰਦੇ ਸਾਡੇ ਜਿਹੜੇ ਇਸ ਪਾਸੇ ਖਾਸ ਕਰਕੇ ਬਨਾਰ ਦੇ ਬੰਦੇ ਇਹਨਾਂ ਬੜਾ ਘੱਟ ਸ਼ੌਕ ਪਹਿਲੇ ਕੋਈ ਪੁਰਾਣੇ ਦੌਰ ਹੀ ਦੱਸਦੇ ਆ ਬੁਚਾਲਾਂ ਚ ਦਾਂਦੇ ਆ ਜੀ ਜੀ ਬਿਲਕੁਲ ਅਤੇ ਕੋਈ ਜਾਮਰੇ ਹੈ ਜਾਮਰੇ ਵਿੱਚ ਬੰਦਿਆਂ ਬਹੁ ਸ਼ੌਕ ਹੈ ਦੁੱਕਣੇ ਅਤੇ ਉਸ ਤੋਂ ਇਲਾਵਾ ਤਕਰੀਬਨ ਸਾਡੇ ਬੰਦੇ ਜ਼ਿਆਦਾ ਬਾਹਰ ਅੰਦਰ ਫੌਜ ਵਿੱਚ ਅਤੇ ਇਸ ਸਿਸਟਮ 'ਚ ਰਹੇ ਉਹ ਜ਼ਿੰਮੇਵਾਰੀ ਹਾਲਤ ਵੱਲ ਸਾਰੇ ਬੰਦੇ ਉੱਥੇ ਬਹਿੰਦੇ ਨੀਵੀਂ ਗੱਡੀਆਂ ਦੇ ਲੇਕਿਨ ਇਸ ਪਾਸੇ ਸ਼ੌਕ ਕੋਨੇ ਆ ਉਹ ਪਿੱਛੇ ਸੇ ਇੱਕ ਇੰਟਰਵਿਊ ਕਿੱਦਾਂ ਨਾ ਉਹ ਆਦੇ ਪੇ ਬੇ ਇੱਥੇ ਜਲਸੇ ਜ਼ਿਆਦਾ ਅਗਰ ਹੋਣ ਤਾਂ ਵੱਧ ਜ਼ਿਆਦਾ ਸ਼ੌਕ ਲੋਕਾਂ 'ਚ ਵਧੇ ਨਹੀਂ ਜਲਸੇ ਤਾਂ ਵੱਧ ਦਾਨਾ ਦਾ ਸ਼ੌਕ ਹੋਵੇ ਤਾਂ ਜਲਸੇ ਵਧਣ ਜੀ ਹਾਂ ਬਿਲਕੁਲ ਸਮਝਾਈ ਨਹੀਂ ਜਿਸ ਵੇਲੇ ਦਾਨ ਨਹੀਂ ਹੋਣੇ ਲੋ ਸ਼ੌਕ ਕਿਉਂ ਹੁਣ ਸਾਡੇ ਭਦਰਾੜ ਇੱਥੇ ਤਕਰੀਬਨ ਸ਼ੁਰੂ ਤੋਂ ਮਤਲਬ ਕੰਮ ਟਿੱਕਰ ਆ ਦਾਨ ਦਾ ਟਿੱਕਰ ਅੱਜ ਹੁਣ ਵੀ ਕਿਉਂਕਿ ਚਾਹੇ ਮੁਰੀਦ ਜਿਸ ਵੇਲੇ ਗੂਲ ਵਾਲਾ ਦਾਨ ਮੁਲਕ ਦਾ ਉਸ ਵੇਲੇ ਇੱਥੇ ਸਾਡੇ ਰੀਚ ਹੋਰ ਕਿਸੇ ਬੰਦੇ ਸ਼ੌਕ ਨਾ ਗੱਲ ਸਮਝ ਉਹਲੇ ਉਹ ਤਕਰੀਬਨ ਦੱਸਿੰਦਾ ਬਾ ਮੇਰੀ ਉਮਰ 18-20 ਸਾਲ ਹੀ ਜਿਸ ਵੇਲੇ ਮੈਂ ਗੂਲ ਵਾਲਾ ਦਾਨ ਕੀਤਾ ਅਤੇ ਉਹ ਤੋਂ ਵੱਧ ਤਕਰੀਬਨ ਆਪ ਜਿਸ ਵੇਲੇ ਗਿਆ ਤਾਂ ਹੁਣ ਪਿੱਛੇ ਉਹਨਾਂ ਦੀ ਮਜਬੂਰੀ ਬਣ ਗਈ ਲੇਕਿਨ ਮੈਂ ਤਾਂ ਜਾਣਨਾ ਬਾ ਉਸ ਤੋਂ ਵੱਧ ਕੇ ਬੰਦਾ ਸ਼ੌਕੀਨ ਸਾਡੇ ਏਰੀਏ 'ਚ ਕੋਈ ਨਾ ਨਹੀਂ ਨਹੀਂ ਬਿਲਕੁਲ ਠੀਕ ਸਮਝਾਈ ਨਹੀਂ ਜੀ ਚਾਹੇ ਭੁਚਾਲ ਹੋਣ ਅਤੇ ਚਾਹੇ ਕੋਈ ਉਰੇ ਪਰੇ ਹੋਣ ਸਾਡੇ ਦੌਰ ਦੇ ਵਿੱਚ ਅਸਾਂ ਵੇਖਿਆ ਬਾ ਉਸ ਤੋਂ ਵੱਧ ਕੇ ਸ਼ੌਕ ਵਾਲਾ ਬੰਦਾ ਕੋਈ ਨਾ ਬਿਲਕੁਲ ਪਿੱਛੇ ਚਾਵਲ ਦਾਨ ਦਾ ਸਾਡੇ ਕੋਲ ਰਹੇ ਮਤਲਬ ਬਾਬਾ ਸਾਹਿਬ ਨਾ ਉਸ ਉਹ ਸਾਹ ਬੜਾ ਸ਼ੌਕ ਹੈ ਅੱਲਾਹ ਤਾਲਾ ਜਨਾਂ ਦੇ ਸੋਹਣੇ ਹੀ ਫੌਤ ਹੋ ਗਿਆ ਅਤੇ ਵੱਡਾ ਚਾਵਲੀ ਵੀ ਉਹਦੇ ਕੋਲ ਰਿਹਾ ਇਹ ਮੈਂ ਕੋਈ ਨਸਲ ਉਸੇ ਦਾਨ ਦੇ ਚਾਵਲੀ ਦੀ ਵੇ ਗੱਲ ਸਮਝੀ ਨਹੀਂ ਸਾਰੀ ਠੀਕ ਹੋ ਅਤੇ ਬਕਾਇਆ ਗਾਂਵ ਚਾਹੇ ਮੁਰੀਦ ਕੋ ਜਿਹੜਾ ਕੋਰਾ ਦਾਨ ਹੈ ਉਸ ਦੀ ਆਈ ਅਤੇ ਤਕਰੀਬਨ ਮੈਂ ਜਾਣਾ ਬਾ ਨਸਲਾਂ ਦੇ ਅਤੇ ਇਸ ਤੋਂ ਅਗਾਤ ਦੇ ਅਤੇ ਬਾਬਾ ਸਾਹਿਬ ਵੀ ਬੇਹੱਦ ਸ਼ੌਕ ਆ ਬੇਹੱਦ ਸ਼ੌਕ ਹੈ ਮਤਲਬ ਇਹ ਦਾਨ ਉਸ ਇੱਕ ਨੇ ਇੱਕ ਦਿੱਖ ਦੋ ਜੋੜੇ ਆਪਣੇ ਘਰ ਕੁਰਬਾਨੀ ਵੀ ਲਾਏ ਅਤੇ ਇੱਕ ਦਾਨ ਵਿੱਚ ਵੀ ਉਸ ਬਾ ਮਾਰਿਆ ਦਿੱਤਾ ਉਸ ਆ ਅਤੇ ਇਸ ਵਾਸਤੇ ਇਹ ਵਾ ਸ਼ੌਕ ਨਾਲ ਹੀ ਸਾਰੇ ਕੰਮ ਆਉਂਦੇ ਨੇ ਅਤੇ ਉਸ ਲਈ ਬਾਅਦ ਜ਼ਿੰਮੇਵਾਰੀ ਦਾ ਵੀ ਇੱਕ ਰੂਟੀਨ ਹੈ ਬੰਦੇ ਹੱਲ ਵਹਿੰਦੇ ਹੁਣ ਜਿਹੜੇ ਕਿਸੇ ਰੱਖਣੇ ਉਹ ਸਿਰਫ ਸ਼ੌਕ ਵਾਸਤੇ ਰੱਖਣਾ ਹੱਲ ਛਲ ਤਾਂ ਵਹਿੰਦਾ ਕੋਈ ਨਹੀਂ ਤੁਹਾਡੇ ਜਿਹੜੇ ਗਰੁੱਪ ਹੈ ਉਸ ਦੇ ਵਿੱਚ ਚੰਗੇ ਦਾਨ ਕਿਹੜੇ ਨੇ ਜਿਨ੍ਹਾਂ ਦਾ ਇੱਕ ਨਾਮ ਹੈ ਚੰਗੇ ਹੁਣ ਅਗਲੇ ਵਾਲੇ ਚੰਗਾ ਦਾਨ ਵਗਿਆ ਅਕਵਾਲਾਂ ਦਾ ਅੱਛਾ ਅਤੇ ਤਕਰੀਬਨ ਬਥੇਰੇ ਹੀ ਦਾਨ ਚੰਗੇ ਨੇ ਅੱਛਾ ਸਮਝਾਈ ਨਹੀਂ ਹੁਣ ਇਤਨੇ ਤਾਂ ਗਿਣ ਕੇ ਤਾਂ ਨਹੀਂ ਬਿਲਕੁਲ ਅਤੇ ਮੈਂ ਇਸ ਗਰੁੱਪ ਦੇ ਵਿੱਚ ਤਕਰੀਬਨ 25 ਤੋਂ 27-28 ਸਾਲ ਹੋ ਗਏ ਨੇ ਇਹ ਕਿਸੇ ਗਰੁੱਪ ਦੇ ਵਿੱਚ ਅਤੇ ਦਾਨ ਵੱਧ ਬਦਲੀਂਦੇ ਰਹਿੰਦੇ ਨੇ ਚੰਗੇ ਆਏ ਵਿੱਚ ਕੋਈ ਬਦਲੀ ਠੀਕ ਹੈ ਵੱਧ ਹੋਰ ਹੀ ਗਰੁੱਪ ਟੁਰ ਗਏ ਲੇਕਿਨ ਮੈਂ ਉਸੇ ਗਰੁੱਪ ਵਿੱਚ ਰਿਹਾ ਅੱਛਾ ਉਸੇ ਗਰੁੱਪ ਜੀ ਹਾਂ ਅਤੇ ਅਗਲੇ ਮਹੀਨੇ ਜਿਹੜੇ ਹਨ ਜਲਸੇ ਜੀ ਹਾਂ ਕਿਸੇ ਜਲਸੇ 'ਚ ਤੁਸੀਂ ਵੈਸੋ ਖੜੇ ਸੋ ਦਾਨ ਇਨਸ਼ਾਅੱਲਾ ਪਟਾਲੀ 'ਤੇ ਵਾਣਾ ਚਕਵਾਲੀਆਂ ਹੀ ਵਾਣਾ ਇੱਕ ਜੋੜਾ ਪਟਾਲੀ 'ਤੇ ਵਸਾਂ ਅਤੇ ਇੱਕ ਇਹਦੇ ਕੇ ਨਾਲ ਸੋ ਚਕਵਾਲੀ ਚਕਵਾਲੀਆਂ ਅੱਛਾ ਬਕਾਇਆ ਕੋਈ ਨਵੇਂ ਬਣੇ ਤਾਂ ਵੱਧ ਪਤਾ ਲੱਗਸੀ ਸਾਡੇ ਗਰੁੱਪ ਦੇ ਜਲਸੇ ਫਿਲਹਾਲ ਤਾਂ ਇਹ ਨਹੀਂ ਸਾਹਮਣੇ ਅੱਛਾ ਜੀ ਹਾਂ ਚਲੋ ਠੀਕ ਹੋ ਗਿਆ ਜੀ ਬਹੁਤ ਮਿਹਰਬਾਨੀ ਤੁਹਾਡੀ ਬੜੀ ਮਿਹਰਬਾਨੀ ਅੱਲਾਹ ਪਾਕ ਸਵਾ ਖੁਸ਼ ਰੱਖੇ ਚਲੋ ਇਹ ਇਤਨਾ ਜੱਟ ਗੱਪ ਸ਼ੱਪ ਹੋ ਗਈ ਜੀ ਜੀ ਅਤੇ ਆਵਾਮ ਵੀ ਥੋੜ੍ਹੀ ਜਿਹੀ ਪਤਾ ਲੱਗ ਜੀ ਹਾਂ ਪਤਾ ਲੱਗ ਰਿਹਾ ਸੀ ਅਤੇ ਤੁਹਾਡੀ ਬੜੀ ਮਿਹਰਬਾਨੀ ਅੱਲਾਹ ਪਾਕ ਸਵਾ ਖੁਸ਼ ਰੱਖੇ ਅੱਲਾਹ ਤੁਹਾਡੀ ਜ਼ਿੰਦਗੀ ਕਰੇ ਅੱਲਾਹ ਤੁਹਾ ਮਦੀਨੇ ਲੈ ਵਜੇ ਅਸੀਂ ਇਹੀ ਦੁਆ ਕਰ ਸਕਦੇ ਹਾਂ ਸਮਝ ਆਈ ਠੀਕ ਹੋ ਗਿਆ ਅਬਰ ਅਵਾਨ ਫੋਨ ਨੰਬਰ 03468051308 03138051308